ਕੈਪਟਨ ਦਾ ਕਹਿਣਾ ਤੇ ਕਾਂਗਰਸੀਆਂ ਦਾ ਬੋਲਣਾ ਸਬੂਤ ਹੈ ਕਿ ਕੰਵਰ ਵਿਜੇ ਪ੍ਰਤਾਪ ਉਹਨਾਂ ਦਾ ਏਜੰਟ ਹੈ। ਅਕਾਲੀ ਦਲ ਦੇ ਬੰਦੇ ਜਾਂ ਹੋਰ ਜਿਹੜੇ ਵਿਅਕਤੀ ਜਿਹੜੇ ਵੀ ਦੋਸ਼ੀ ਨੇਗੇ ਉਸ ਇਨਵੈਸਟੀਗੇਸ਼ਨ ਦੇ ਐਵੀਡੈਂਸ ਨੂੰ ਐਵੀਡੈਂਸ ਦੇ ਪਾਰਟ ਨੂੰ ਡਿਸਟਰੋਏ ਕਰਨਗੇ। ਅਕਾਲੀ ਦਲ ਬੜੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਇਨਵੈਸਟੀਗੇਸ਼ਨ ਨੂੰ ਰੋਕਿਆ ਜਾਵੇ, ਪਰ ਉਹ ਆਪਣੇ ਇਸ ਜੋ ਇਹਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਏ। ਇੱਕ ਅਫਸਰ ਸਾਈਨ ਕਰ ਰਿਹਾ ਜਿਹਨੇ ਆਪਦੀ ਫੇਸਬੁੱਕ ਪੋਸਟ 'ਚ ਆਪਦੀ ਬਣਾਇਆ ਸੀਗਾ ਕਿ ਚੀਫ ਮਿਨਿਸਟਰ ਦਾ ਕਾਂਗਰਸ ਦੇ ਇੱਕ ਲੀਡਰ ਨੂੰ ਐਜ਼ ਚੀਫ ਮਿਨਿਸਟਰ ਕਿ ਮੈਂ ਉਹਦਾ ਸਮਰਥਕ ਹਾਂ ਐਜ਼ ਚੀਫ ਮਿਨਿਸਟਰ, ਫਿਰ ਕੀ ਇੰਡੀਪੈਂਡੈਂਸ ਰਹਿ ਜਾਣੀ ਹੈ? ਪੰਥ ਦੀ ਪਿੱਠ 'ਚ ਛੁਰਾ ਘੁੰਪਣਾ ਆਹ ਰਾਜਨੀਤੀ ਨਹੀਂ, ਆਹ ਰਾਜਨੀਤੀ ਦਾ ਮਸਲਾ ਨਹੀਂ, ਆਹ ਲੋਕਾਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ, ਪੰਜਾਬੀਆਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ, ਉਹਨਾਂ ਦੇ ਦਿਲ ਦਾ ਮਸਲਾ ਹੈ। ਕੰਵਰ ਵਿਜੇ ਪ੍ਰਤਾਪ ਨੂੰ ਦੁਬਾਰਾ ਬਹਾਲ ਕੀਤਾ ਜਾਵੇ, ਇਨਵੈਸਟੀਗੇਸ਼ਨ 'ਚ ਵਿਘਨ ਨਾ ਪਾਇਆ ਜਾਵੇ। ਇਹ ਜਿਹੜਾ ਕਾਂਗਰਸ ਦੇ ਨਾਲ ਰਲ ਕੇ ਡੈਲੀਗੇਸ਼ਨ ਮਿਲਿਆ, ਪਹਿਲਾਂ ਤਾਂ ਇਹਦੇ ਨਾਲ ਸਾਰੀ ਇਸ ਗੱਲ ਦੀ ਖੋਲ ਖੁੱਲ੍ਹ ਗਈ ਕਿ ਜਿਹੜੀ ਸਾਜਿਸ਼ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹਨਾਂ ਵੱਲੋਂ ਰਲ ਕੇ ਰਚੀ ਜਾ ਰਹੀ ਹੈ, ਜਿਹਦਾ ਪ੍ਰਗਟਾਵਾ ਹਾਊਸ ਦੇ ਅੰਦਰ ਵੀ ਹੋਇਆ ਸੀ, ਅੱਜ ਇੱਕ ਵਾਰੀ ਫਿਰ ਸਾਰੇ ਰਲ ਕੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੋਲ ਗਏ ਹੈ। ਸਿਆਣੇ ਕਹਿੰਦੇ ਨੇ ਕਿ ਕੋਈ ਵੀ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ, ਨਹੀਂ ਤਾਂ ਉਸਦਾ ਖਾਮਿਆਜਾ ਖੁਦ ਨੂੰ ਵੀ ਭੁਗਤਣਾ ਪੈ ਸਕਦਾ ਹੈ। ਅੱਜ ਕੱਲ੍ਹ ਕੁਝ ਅਜਿਹਾ ਹੀ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਜਿਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਤਾਂ ਕਰਵਾਇਆ ਸੀ ਸਿਆਸੀ ਲਾਹ ਲੈਣ ਲਈ, ਪਰ ਹੁਣ ਉਹੀ ਤਬਾਦਲਾ ਅਕਾਲੀ ਦਲ ਲਈ ਮੁਸੀਬਤਾਂ ਦਾ ਪਹਾੜ ਬਣਦਾ ਨਜ਼ਰ ਆ ਰਿਹਾ ਹੈ। ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦਾ ਫੈਸਲਾ ਵਾਪਸ ਲੈਣ ਲਈ ਸੱਤਾ ਧਿਰ ਕਾਂਗਰਸ ਸਣੇ ਤਮਾਮ ਪਾਰਟੀਆਂ ਅਕਾਲੀ ਦਲ ਖਿਲਾਫ਼ ਇਕਜੁੱਟ ਹੋ ਗਈਆਂ ਨੇ ਅਤੇ ਭਾਰਤੀ ਚੋਣ ਕਮਿਸ਼ਨ ਕੋਲ ਜਾ ਆਪੜੀਆਂ ਨੇ। ਐਚਐਸ ਫੂਲਕਾ ਤਬਾਦਲੇ ਤੋਂ ਬਾਅਦ ਤੋਂ ਹੀ ਸਾਰੀਆਂ ਪਾਰਟੀਆਂ ਨੂੰ ਚੋਣ ਕਮਿਸ਼ਨ ਕੋਲ ਜਾਣ ਲਈ ਹੰਭਲਾ ਮਾਰ ਰਹੇ ਸੀ, ਜਿਸ ਦੀ ਸਲਾਹ ਤੇ ਗੌਰ ਕਰਦਿਆਂ ਸਿਆਸੀ ਆਗੂ ਆਖਿਰਕਾਰ ਇਕੱਠੇ ਹੋ ਹੀ ਗਏ। ਅੱਜ ਇੱਕ ਜੁਆਇੰਟ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਿਲਿਆ, ਜੋ SIT ਜੋ ਬੇਅਦਬੀ ਵਾਲਾ ਮੁੱਦਾ ਅਤੇ ਉਸ ਤੋਂ ਬਾਅਦ ਗੋਲੀ ਵਾਲੇ ਮੁੱਦੇ ਦੀ ਇਨਕੁਆਇਰੀ ਕਰ ਰਹੀ ਆ, ਉਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਮੇਨ ਅਫਸਰ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਉਸਦੇ ਟ੍ਰਾਂਸਫਰ ਦੇ ਆਰਡਰ ਨੂੰ ਰਿਵਿਊ ਕਰਨ ਲਈ ਅਤੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਅੱਜ ਜੁਆਇੰਟ ਇੱਕ ਵਫਦ ਜੋ ਪੋਲੀਟੀਕਲ ਪਾਰਟੀਆਂ ਦਾ ਜਾਖੜ ਸਾਹਿਬ, ਬਾਜਵਾ ਸਾਹਿਬ ਅਤੇ ਲੀਡਰ ਆਫ ਆਪੋਜੀਸ਼ਨ ਹਰਪਾਲ ਸਿੰਘ ਜੀ ਚੀਮਾ, ਨਾਜਰ ਸਿੰਘ ਜੀ MLA ਸਾਹਿਬ ਅਤੇ ਇਹ ਮਿਲਿਆ ਅਤੇ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਸਿਚੁਏਸ਼ਨ ਦੀ ਜਾਣਕਾਰੀ ਕਰਵਾਈ ਆ ਅਤੇ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਇਹਦਾ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਹੋ ਰਿਹਾ। ਅਕਾਲੀ ਦਲ ਬੜੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਇਨਵੈਸਟੀਗੇਸ਼ਨ ਨੂੰ ਰੋਕਿਆ ਜਾਵੇ, ਪਰ ਉਹ ਆਪਣੇ ਇਸ ਜੋ ਇਹਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਏ, ਪਰ ਹੁਣ ਇਹ ਕੁੰਵਰ ਵਿਜੇ ਪ੍ਰਤਾਪ ਦੀ ਟ੍ਰਾਂਸਫਰ ਕਰਾਉਣ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਪਏਗਾ। ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੁੱਦਾ ਦਿਲ ਨੂੰ ਲੱਗਿਆ ਵਾ, ਕਿਉਂਕਿ ਪਹਿਲਾਂ ਵੀ ਜੋ 2015 'ਚ ਬੇਅਦਬੀ ਹੋਈ ਸੀ ਉਦੋਂ ਵੀ ਬੜਾ ਉਸ ਟਾਈਮ ਦੇ ਉੱਤੇ ਵੀ ਬਵਾਲ ਹੋਇਆ ਸੀ ਅਤੇ ਹੁਣ ਆ ਜਦੋਂ ਧਰਨਾ ਲੱਗਿਆ ਸੀ ਉਦੋਂ ਵੀ ਲੱਖਾਂ ਬੰਦੇ ਉੱਥੇ ਇਕੱਠੇ ਹੋ ਗਏ ਸੀ, ਅਤੇ ਹੁਣ ਇਸ ਟਾਈਮ ਤਾਂ ਕਿ ਪੰਜਾਬ ਦੀ ਸ਼ਾਂਤੀ ਨਾ ਖਰਾਬ ਹੋਵੇ, ਇਸ ਕਰਕੇ ਜਿਹੜੀ ਇਹ ਇਨਵੈਸਟੀਗੇਸ਼ਨ ਆ ਇਹ ਪ੍ਰੋਪਰ ਚੱਲੇ ਤਾਂ ਕੁੰਵਰ ਵਿਜੇ ਪ੍ਰਤਾਪ ਦੀ ਟ੍ਰਾਂਸਫਰ ਦਾ ਫੈਸਲਾ ਵਾਪਸ ਲਿਆ ਜਾਵੇ, ਅਤੇ ਇਸੇ ਕਰਕੇ ਅਸੀਂ ਉਹਨਾਂ ਨੂੰ ਮਿਲੇ। ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਜੀ ਦੀ ਵੀ ਜੋ ਚਿੱਠੀ ਆ ਉਹਨਾਂ ਨੂੰ ਆ ਗਈ ਆ ਅਤੇ ਉਹ ਕੰਸਿਡਰ ਕਰ ਰਹੇ ਆ, ਇਹ 'ਤੇ ਵਿਚਾਰ ਹੁਣ ਕਰ ਰਹੇ ਆ। ਅੱਜ ਸਾਡੀ ਵੀ ਬਹਿਸ ਜਿਹੜੀ ਜੋ ਪੂਰੀ ਡਿਸਕਸ਼ਨ ਉਹਨਾਂ ਨਾਲ ਹੋਈ, ਜਾਖੜ ਸਾਹਿਬ ਨੇ, ਬਾਜਵਾ ਸਾਹਿਬ ਨੇ, ਚੀਮਾ ਸਾਹਿਬ ਨੇ, ਨਾਜਰ ਸਿੰਘ ਜੀ ਨੇ, ਸਭ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਦਾ ਪੰਜਾਬ ਦੇ ਵਿੱਚ ਉਲਟਾ ਅਸਰ ਹੋਏਗਾ ਅਤੇ ਇਹ ਇਲੈਕਸ਼ਨ ਦੇ ਵਿੱਚ ਸਮਾਂ ਸਮੂਥ ਇਲੈਕਸ਼ਨ ਦੀ ਬਜਾਏ ਕਹੀਂ ਇਹ ਨਾ ਹੋਵੇ ਕਿ ਇਹ ਮਾਹੌਲ ਹੀ ਅਲੱਗ ਤਰ੍ਹਾਂ ਦਾ ਬਣ ਜਾਵੇ। ਅਤੇ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ
ਕਿ ਉਹ ਸਾਰੀਆਂ ਚੀਜ਼ਾਂ ਉੱਤੇ ਵਿਚਾਰ ਕਰਕੇ ਅਤੇ ਫੈਸਲਾ ਲੈਣਗੇ, ਜਲਦੀ ਫੈਸਲਾ ਲੈ ਕੇ ਇਹਦੇ ਬਾਰੇ ਦੱਸਿਆ ਜਾਊਗਾ। ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਖੁਲਾਸਾ ਕੀਤਾ ਕਿ ਚੋਣ ਕਮਿਸ਼ਨਰ ਵੱਲੋਂ ਮਾਮਲੇ 'ਤੇ ਜਲਦ ਹੀ ਕੋਈ ਵੱਡਾ ਫੈਸਲਾ ਲੈਣ ਦੀ ਗੱਲ ਆਖੀ ਗਈ ਹੈ। ਸਾਰੇ ਮਿਲ ਕੇ ਆਏ, ਸਾਰੇ ਦੇ ਸਾਰੇ ਅੱਜ ਫੂਲਕਾ ਸਾਹਿਬ, ਚੀਮਾ ਸਾਹਿਬ, ਨਾਜ਼ਰ ਸਿੰਘ ਜੀ ਅਤੇ ਸਾਡੇ ਕੈਬਨਿਟ ਮਿਨਿਸਟਰ ਰਜਿੰਦਰ ਸਿੰਘ ਬਾਜਵਾ ਜੀ, ਅਸੀਂ ਇੱਕ ਸਾਰੇ ਪਾਰਟੀਆਂ ਦਾ ਵਫਦ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਹਾਂ ਅਤੇ ਉਹਨਾਂ ਨੂੰ ਇਸ ਗੱਲ ਵਾਸਤੇ ਬੇਨਤੀ ਕੀਤੀ ਹੈ ਵੀ ਉਹ ਆਪਣਾ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟ੍ਰਾਂਸਫਰ ਕਰਨ ਦਾ SIT 'ਚੋਂ, ਉਹਨੂੰ ਰਿਵਿਊ ਕਰਨ, ਤਾਂ ਕਿ ਆਹ ਜਿਹੜੀ ਜਾਂਚ ਹੈ, ਜਿਹੜੀ ਪੰਜਾਬ ਦੇ ਲੋਕਾਂ ਦੇ ਕਾਲਜੇ ਜਿਹੜੇ ਬਲੂੰਦਰੇ ਪਏ ਹੈ, ਉਹਨਾਂ ਦੇ ਉਸ ਜਾਂਚ ਨੂੰ ਛੇਤੀ ਤੋਂ ਛੇਤੀ ਨਿਬੇੜਿਆ ਜਾ ਸਕੇ। ਆ ਜਿਹੜਾ ਜ਼ਖਮ ਹੈ ਪੰਜਾਬ ਦੇ ਲੋਕਾਂ ਦੇ ਦਿਲ 'ਤੇ ਬੇਅਦਬੀ ਨੂੰ ਲੈ ਕੇ, ਇੱਥੇ ਜਿਹੜੇ ਸਿੰਘ ਮਾਰੇ ਗਏ, ਇੱਕ ਪੰਥ ਦੀ ਸਰਕਾਰ ਹੋਏ, ਪੰਥਕ ਸਰਕਾਰ ਦੇ ਟਾਈਮ ਦੇ ਅੰਦਰ ਜਿਨ੍ਹਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਉਸ ਜਨਰਲ ਡਾਇਰ ਨੂੰ, ਉਹਨਾਂ ਜਿਹੜੇ ਅੱਜ ਦੇ ਮਾਡਰਨ ਜ਼ਮਾਨੇ ਦੇ ਜਨਰਲ ਡਾਇਰ ਹੈ, ਉਹਨਾਂ ਨੂੰ ਕਾਨੂੰਨ ਦੀ ਗ੍ਰਿਫਤ 'ਚ ਲਿਆ ਜਾ ਸਕੇ, ਇਹਦੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨੂੰ ਰਿਵਿਊ ਕਰਨ, ਕਿਉਂਕਿ ਸਾਡਾ ਮੰਨਣਾ ਅਤੇ ਆਪਣਾ ਸਾਰਾ ਪੱਖ ਅਸੀਂ ਉਹਨਾਂ ਸਾਹਮਣੇ ਰੱਖ ਕੇ ਆਏ ਹਾਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਤੇ ਵੀ ਕੋਡ ਆਫ ਕੰਡਕਟ ਜਿਹੜਾ ਇਲੈਕਸ਼ਨ ਹੈ ਉਹਨੂੰ ਕਿਤੇ ਵੀ ਵਾਇਲੇਟ ਨਹੀਂ ਕੀਤਾ। ਅਤੇ ਅਗਰ ਕਿਤੇ ਕਿਸੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਰ ਰਹੇ, ਤਾਂ ਜਿਸ ਤਰ੍ਹਾਂ ਮਾਇਆਵਤੀ ਜੀ ਨੂੰ ਜਾਂ ਯੋਗੀ ਜੀ ਜਿਹੜੇ ਮੁੱਖ ਮੰਤਰੀ ਹੈ UP ਹੈ, ਉਹਨਾਂ 'ਤੇ ਪ੍ਰੈਸ ਕਾਨਫਰੰਸ ਦੀ ਬੈਨ ਲਾਈ ਗਈ ਹੈ ਅਤੇ ਉਹਨਾਂ 'ਤੇ ਵੀ ਬੈਨ ਲਾ ਦੇਣ, ਪਰ ਜਿਹੜੀ ਪ੍ਰਕਿਰਿਆ SIT ਦੀ ਉਹਨੂੰ ਪ੍ਰਭਾਵਿਤ ਨਾ ਹੋਵੇ, ਇਸ ਗੱਲ ਨੂੰ ਧਿਆਨ 'ਚ ਰੱਖ ਕੇ ਆਪਣੇ ਫੈਸਲੇ ਨੂੰ ਰਿਵਿਊ ਕਰਨ। ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ, ਜਿਸ ਤਰ੍ਹਾਂ ਕਿ ਫੂਲਕਾ ਸਾਹਿਬ ਨੇ ਦੱਸਿਆ, ਕੈਪਟਨ ਅਮਰਿੰਦਰ ਸਿੰਘ ਜੀ, ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਵੀ ਉਹਨਾਂ ਨੇ ਸੰਗਿਆਨ ਉਹਨਾਂ ਨੇ ਲਿਆ ਵੀ ਅਸੀਂ ਉਸ 'ਤੇ ਆਲਰੇਡੀ ਗੌਰ ਕਰ ਰਹੇ ਹਾਂ ਅਤੇ ਅਸੀਂ ਮਸਲੇ 'ਤੇ ਜਲਦੀ ਕੋਈ ਫੈਸਲਾ ਲਵਾਂਗੇ। ਫੂਲਕਾ ਸਾਹਿਬ, ਚੀਮਾ ਸਾਹਿਬ, ਨਾਜ਼ਰ ਸਿੰਘ ਜੀ, ਸਾਡੇ ਆਪਸ 'ਚ ਰਾਜਨੀਤਿਕ ਵਿਰੋਧ ਹੋ ਸਕਦੇ ਹੈ, ਪਰ ਆਹ ਜਿਹੜਾ ਮਸਲਾ ਹੈ ਬੇਅਦਬੀ, ਪਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਉਣਾ, ਪੰਥ ਦੀ ਪਿੱਠ 'ਚ ਛੁਰਾ ਘੁੰਪਣਾ, ਆਹ ਰਾਜਨੀਤੀ ਨਹੀਂ, ਆਹ ਰਾਜਨੀਤੀ ਦਾ ਮਸਲਾ ਨਹੀਂ, ਆਹ ਲੋਕਾਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ, ਪੰਜਾਬੀਆਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ, ਉਹਨਾਂ ਦੇ ਦਿਲ ਦਾ ਮਸਲਾ ਹੈ। ਇਸ ਕਰਕੇ ਸਾਰੀ ਪਾਰਟੀਆਂ ਆਪਣਾ ਰਾਜਨੀਤਿਕ ਵਿਰੋਧ ਇੱਕ ਪਾਸੇ ਰੱਖ ਕੇ ਇਕੱਠੇ ਹੋ ਕੇ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਆਹ ਗੱਲਾਂ ਕਹਿ ਕੇ ਆਏ ਵੀ ਇਹਨੂੰ ਸਿਰਫ ਰਾਜਨੀਤਿਕ ਦੇ ਐਂਗਲ ਨਾਲ ਨਾ ਦੇਖਿਆ ਜਾਵੇ, ਆਹ ਪੰਜਾਬ ਦੇ ਅਮਨ ਸ਼ਾਂਤੀ ਅਤੇ ਲੋਕਾਂ ਦੇ ਜਿਹੜੇ ਕਾਲਜਿਆਂ ਦੇ ਵਿੱਚ ਇੱਕ ਨਸੂਰ ਬਣਿਆ ਹੋਇਆ, ਉਹਨੂੰ ਧਿਆਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਮਸਲਾ ਹੈ ਉਹਨੂੰ ਉਸ ਨਜ਼ਰੀਏ ਨਾਲ ਦੇਖ ਕੇ ਇਹਨੂੰ ਰਿਵਿਊ ਕੀਤਾ ਜਾਵੇ। ਉੱਧਰ ਇਸ ਵਫਦ ਨਾਲ ਚੋਣ ਕਮਿਸ਼ਨ ਦੇ ਦਰਵਾਜ਼ੇ 'ਤੇ ਗਏ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੀ ਅਕਾਲੀ ਦਲ 'ਤੇ ਜੰਮ ਕੇ ਨਿਸ਼ਾਨੇ ਸਾਧੇ ਨੇ। ਨਾਜ਼ਰ ਸਿੰਘ ਮਾਨਸਾ ਜੀ, ਅਸੀਂ ਮਿਲ ਕੇ ਆਏਗੇ ਤਾਂ ਕਿ 2015 ਦੇ ਵਿੱਚ ਜੋ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਹੋਈਆਂ, ਬਹਿਬਲ ਕਲਾਂ ਦੇ ਵਿੱਚ, ਕੋਟਕਪੂਰਾ ਦੇ ਵਿੱਚ, ਜਦੋਂ ਕਿ ਪੰਥਕ ਸਰਕਾਰ ਜਿਹੜੀ ਕਿ ਅਖੌਤੀ ਪੰਥਕ ਸਰਕਾਰ ਕਹਾਉਂਦੀ ਸੀ, ਉਹਨੇ ਬੇਅਦਬੀ ਦੀ ਘਟਨਾਵਾਂ ਖੁਦ ਕਰਵਾਈਆਂ ਸੀਗੀਆਂ, ਅੱਜ ਜਿਹੜੇ ਤੱਥ ਤੋੜ ਬਰੋੜ ਕੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਸਾਹਮਣੇ ਪੇਸ਼ ਕੀਤੇ ਸੀ, ਉਹਨਾਂ ਦੇ ਰਿਵਿਊ ਕਰਨ ਦੇ ਲਈ ਆਇਆਂਗੇ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਦੁਬਾਰਾ ਬਹਾਲ ਕੀਤਾ ਜਾਵੇ, ਇਨਵੈਸਟੀਗੇਸ਼ਨ 'ਚ ਵਿਘਨ ਨਾ ਪਾਇਆ ਜਾਵੇ, ਕਿਉਂਕਿ ਜੇਕਰ ਇਨਵੈਸਟੀਗੇਸ਼ਨ ਰੁਕ ਗਈ ਤਾਂ ਮੈਂ ਸਮਝਦਾ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਐਵੀਡੈਂਸ ਆਉਣਾ ਗਾ ਅਕਾਲੀ ਦਲ ਦੇ ਬੰਦੇ ਜਾਂ ਹੋਰ ਜਿਹੜੇ ਵਿਅਕਤੀ ਜਿਹੜੇ ਵੀ ਦੋਸ਼ੀ ਨੇਗੇ ਉਸ ਇਨਵੈਸਟੀਗੇਸ਼ਨ ਦੇ ਐਵੀਡੈਂਸ ਨੂੰ, ਜਿਹੜੇ ਐਵੀਡੈਂਸ ਦੇ ਪਾਰਟ ਨੂੰ ਡਿਸਟਰੋਏ ਕਰਨਗੇ, ਇਸ ਗੱਲ ਨੂੰ ਲੈ ਕੇ ਮਿਲ ਕੇ ਆਇਆ ਔਰ ਬੜਾ ਅੱਛਾ ਆਸ਼ਵਾਸਨ ਜਿਹੜਾ ਇਲੈਕਸ਼ਨ ਕਮਿਸ਼ਨ ਸਾਨੂੰ ਦਿੱਤਾ ਹੈਗਾ। ਕਮਿਸ਼ਨਰ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਹੋਰਾਂ ਦੀ ਕੀਤੀ ਗਈ ਸੀ, ਉਹਦੇ ਨਾਲ ਇੱਕ ਮੈਸੇਜ ਗਲਤ ਗਿਆ ਵੀ ਸ਼ਾਇਦ ਬਾਦਲ ਹਜੇ ਵੀ ਆਪਣੀ ਜਿਹੜੀ ਰਿਟ ਪ੍ਰਵੇਲ ਕਰਦੇ ਨੇ ਉਹ ਸੈਂਟਰ ਦੇ ਵਿੱਚ ਪ੍ਰੈਸ਼ਰ ਪਾ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਾ ਸਕਦੇ ਨੇ। ਇਹ ਮੈਸੇਜ ਲੋਕਾਂ 'ਚ ਬਹੁਤ ਗਲਤ ਗਿਆ, ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਪੋਚਾ ਪਾਚੀ ਹੈ, ਕੋਈ ਇਨਵੈਸਟੀਗੇਸ਼ਨ ਨਹੀਂ ਹੈ ਪ੍ਰੋਪਰ ਜਿਹਦੇ ਵਿੱਚ ਬਾਦਲ ਆਪਣੇ ਕਲੀਨ ਕਹਿ ਲਓ ਵੀ ਕਲੀਨ ਚਿੱਟ ਮਿਲੇਗੀ ਉਹਨਾਂ ਨੂੰ ਅਤੇ ਉਹ ਬਰੀ ਹੋ ਜਾਣਗੇ।
ਲੋਕਾਂ 'ਚ ਇਸ ਪਰਸੈਪਸ਼ਨ ਨਾਲ ਜਿਹੜੀ ਇਲੈਕਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਹ 'ਤੇ ਵੀ ਅਸਰ ਪਏਗਾ। ਅਸੀਂ ਉਸ ਨੂੰ ਲੈ ਕੇ ਅੱਜ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਸਾਰੀਆਂ ਪਾਰਟੀਆਂ ਦਾ ਵਫਦ ਮਿਲੇ ਸੀ। ਮੈਂ ਵੀ ਆਪਣੀ ਕਪੈਸਿਟੀ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵਫਦ ਦੇ ਨਾਲ ਹੀ ਗਿਆ ਅਤੇ ਅਸੀਂ ਜਾ ਕੇ ਇਹ ਉਹਨਾਂ ਦਾ ਕੇਸ ਪਲੇਟ ਕੀਤਾ ਵੀ ਪੰਜਾਬ ਦੇ ਲੋਕ ਇਹ ਸਮਝਦੇ ਨੇ ਵੀ ਕੰਵਰ ਵਿਜੇ ਪ੍ਰਤਾਪ ਦੀ ਜਿਹੜੀ ਬਦਲੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਨਵੈਸਟੀਗੇਸ਼ਨ 'ਤੇ ਵੀ ਅਸਰ ਪਾਏਗੀ ਅਤੇ ਪੰਜਾਬ ਦੀ ਇਲੈਕਸ਼ਨ 'ਤੇ ਵੀ ਅਸਰ ਪਾਏਗੀ। ਉਸ ਨੂੰ ਲੈ ਕੇ ਜੋ ਚੀਫ ਇਲੈਕਸ਼ਨ ਕਮਿਸ਼ਨਰ ਸੀ ਉਹਨਾਂ ਦਾ ਬੜਾ ਪੋਜ਼ਿਟਿਵ ਵਿਊ ਸੀ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਗੱਲ ਧਿਆਨ ਨਾਲ ਸੁਣ ਲਈ ਹੈ ਅਤੇ ਅਸੀਂ ਇਸ ਨੂੰ ਆਪਸ 'ਚ ਬੈਠ ਕੇ ਰਿਵਿਊ ਕਰਾਂਗੇ ਜਲਦੀ। ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ 'ਤੇ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਤਰਕ ਸੀ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਵੋਟ ਬੈਂਕ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਪਰ ਤਬਾਦਲੇ ਤੋਂ ਬਾਅਦ ਅਕਾਲੀ ਦਲ ਲਈ ਲੋਕਾਂ ਵਿੱਚ ਰੋਸ ਹੋਰ ਵੀ ਵਾਧਾ ਦਿਖਾਈ ਦੇ ਰਿਹਾ ਹੈ। ਅਜਿਹੇ 'ਚ ਹੁਣ ਜੇਕਰ ਚੋਣ ਕਮਿਸ਼ਨ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਰੱਦ ਕਰ ਦੇ ਤਾਂ ਅਕਾਲੀ ਦਲ ਲਈ ਇੱਕ ਵਾਰ ਫਿਰ ਤੋਂ ਮੁਸੀਬਤ ਖੜੀ ਹੋਣੀ ਤੈਅ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।